ਸੁਗਲੀ ਕਹਿੰਦਾ ਕਿ ਮੈਂ ਕਦੀ ਖਿੱਚਦਾ ਨੀਗਾ, ਨਾ ਕਦੀ ਝੂਠ ਬੋਲਦਾ, ਅੱਜ ਇਹਨੂੰ ਖਿਜਾ ਕੇ ਦੇਖਦੇ ਕਿੱਦਾਂ ਖਿੱਚਦਾ ਕਿ ਨਹੀਂ ਖਿੱਚਦਾ। ਹੈਲੋ 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 ਹਾਂਜੀ ਕਿਸ਼ੋਰੀ ਲਾਲ ਜੀ? ਨਹੀਂ ਜੀ, ਮੈਂ ਕਿਸ਼ੋਰੀ ਲਾਲ ਨਹੀਂ ਜੀ, ਰੋਂਗ ਨੰਬਰ ਹੈ ਜੀ। ਹੈਲੋ ਹਾਂਜੀ, ਹੋਰ ਕਿਸ਼ੋਰੀ ਲਾਲ ਜੀ ਕੀ ਹਾਲ ਚਾਲ ਹੈ? ਭਾਈ ਸਾਹਿਬ ਮੈਂ ਤੁਹਾਨੂੰ ਕਹਿਣਾ ਮੈਂ ਕਿਸ਼ੋਰੀ ਲਾਲ ਨਹੀਂ ਹੈਗਾ, ਰੋਂਗ ਨੰਬਰ ਹੈਗਾ, ਫਿਰ ਬਾਰ ਬਾਰ ਕਿਉਂ ਕਰੀ ਜਾਂਦੇ ਹੋ? ਭਾਜੀ ਕਿਸ਼ੋਰੀ ਲਾਲ ਜੀ, ਤੁਸੀਂ ਮੁੱਕਰੀ ਜਾਓ, ਭਾਵੇਂ ਤੁਹਾਡੀ ਆਵਾਜ਼ ਮੈਂ ਪਹਿਚਾਣ ਲਈ, ਕਿਸ਼ੋਰੀ ਲਾਲ ਹੀ ਬੋਲਦੇ ਪਏ ਹੋ ਤੁਸੀਂ। ਆ ਪਿੱਛੇ ਜਿਹੜਾ ਤੁਹਾਡਾ ਮੁੰਡਾ ਫੜਿਆ ਗਿਆ ਕਿਸੇ ਕੇਸ ਵਿੱਚ, ਭੁੱਕੀ ਦੇ ਕੇਸ 'ਚ, ਉਹੀ ਕਿਸ਼ੋਰੀ ਲਾਲ ਬੋਲਦੇ ਪਏ ਹੋ ਨਾ? ਉਹ ਭਾਜੀ ਭੁੱਕੀ ਦੇ ਕੇਸ ਕੋਈ ਮੁੰਡਾ ਫੜਿਆ ਗਿਆ ਹੈਗਾ, ਕਿਸ਼ੋਰੀ ਲਾਲ ਦਾ ਮੁੰਡਾ ਹੈਗਾ, ਮੈਂ ਕਿਸ਼ੋਰੀ ਲਾਲ ਨਹੀਂ ਬੋਲ ਰਿਹਾ, ਰੋਂਗ ਨੰਬਰ ਹੈਗਾ। ਕੋਈ ਨੀ ਕੋਈ ਨੀ ਕੋਈ ਨੀ। ਹੈਲੋ ਹੈਲੋ ਹਾਂਜੀ ਹਾਂਜੀ ਬੋ ਕਿਸ਼ੋਰੀ ਲਾਲ ਜੀ ਕੀ ਹਾਲ ਚਾਲ ਹੈ? ਵੱਟ ਕਿਸ਼ੋਰੀ ਲਾਲ ਯਾਰ, ਮੈਂ ਕਿਸ਼ੋਰੀ ਲਾਲ ਨਹੀਂ ਹੈਗਾ, ਮੈਂ ਤੁਹਾਨੂੰ ਦੱਸ ਨਹੀਂ ਦਿੱਤਾ ਪਹਿਲਾਂ। ਤੁਸੀਂ ਕਿਸ਼ੋਰੀ ਲਾਲ ਬੋਲਣ ਡਿਓ ਭਾਜੀ, ਮੈਂ ਤੁਹਾਡੀ ਆਵਾਜ਼ ਪਹਿਚਾਣਦਾ। ਕਿਸ਼ੋਰੀ ਲਾਲ ਉਹੀ ਕਿਸ਼ੋਰੀ ਲਾਲ ਜਿਨ੍ਹਾਂ ਦੀ ਕੁੜੀ ਪਿੱਛੇ ਭੱਜ ਗਈ ਸੀ ਗੁਆਂਢੀਆਂ ਦੇ ਮੁੰਡੇ ਨਾਲ। ਪਹਿਲਾਂ ਮੈਂ ਕਿਸ਼ੋਰੀ ਲਾਲ ਨਹੀਂ ਹੈਗਾ, ਫਿਰ ਤੂੰ ਕੁੜੀ ਆਈ, ਮੇਰੀ ਕੁੜੀ ਵੀ ਹੈ ਨੀ ਯਾਰ, ਕਮਾਲ ਕਰਦਾ ਤੂੰ। ਕਦੋਂ ਝੂਠ ਵੀ ਬੋਲਦਾ ਮੈਂ, ਖਿੱਚਦਾ ਨੀਗਾ, ਹੁਣੇ ਦੇਖੀ ਝੂਠ ਵੀ ਬੋਲੇਗਾ। ਕਿਸ਼ੋਰੀ ਲਾਲ ਜੀ ਕੀ ਗੱਲ ਰੋਈ ਜਾਂਦੇ ਪਏ ਹੋ ਤੁਸੀਂ, ਸਭ ਸੌਖਾ ਨਾ? ਆ ਯਾਰ ਮੈਂ ਕਿਸ਼ੋਰੀ ਲਾਲ ਜੀ ਬੋਲ ਰਿਹਾ, ਪੱਕੀ ਗੱਲ ਆ? ਪੱਕੀ ਗੱਲ ਆ, ਮੈਂ ਝੂਠ ਨਹੀਂ ਬੋਲਦਾ ਕਿਸ਼ੋਰੀ ਲਾਲ। ਕਿਸ਼ੋਰੀ ਲਾਲ ਜੀ ਇੱਕ ਕੰਮ ਹੈ ਤੁਹਾਡੇ ਨਾਲ, ਤੁਹਾਡੇ ਗੁਆਂਢ ਨਾ ਅਰੋੜਾ ਜੀ ਰਹਿੰਦੇ ਨੇ, ਉਹ ਮੇਰਾ ਫੋਨ ਨਹੀਂ ਚੱਕਦੇ ਪਏ, ਉਹਨਾਂ ਨੂੰ ਜਰਾ ਬੁਲਾ ਦਿਓ। ਸਾਡੇ ਪਹੁੰਚ ਗਏ ਉੱਥੇ, ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ। ਵੀਜ਼ਾ ਲੱਗਣ ਤੋਂ ਬਾਅਦ ਲੈਂਦਾ? ਕਾਲ 7300735386। ਯਾਰ ਤੈਨੂੰ ਕੀ ਲੋੜ ਪਈ ਸੀ ਇਹ ਕਹਿਣ ਦੀ, ਵੀਨੇ ਹਰੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ? ਓ ਜਾ ਯਾਰ।